ਕਹਿੰਦੇ ਹੋ ਟੋਟਿਉਲਾ ਗਾਣੇ ਦਾ ਵੇਗਾ ਤੁਸੀਂ ਕਿਹੜਾ ਗਾ ਕੇ ਦਿੱਤੇ ਦੀਵੇ ਨੇ ਜਗਾ ਆਏ ਹੇ ਵਾਹ ਬੜੇ ਹਾਈਪ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਲਖਵਿੰਦਰ ਸਿੰਘ ਜੀ ਅੱਜ ਮੇਰੇ ਚੈਨਲ ਸਬਸਕ੍ਰਾਈਬ ਕਰ ਦਿਉ ਬੈਲ ਆਈਕਨ ਦਾ ਬਟਨ ਦਬਾ ਦਿਉ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਰਹੇ ਸੋ ਵੀਡੀਓ ਲੈ ਕੇ ਆਏ ਸੀ ਰਾਕਾ ਬਾਈ ਦਾ ਫਿਰ ਰਾਕਾ ਇਜ਼ ਬੈਕ ਨਿਊ ਸੌਂਗ ਆ ਚੁੱਕਿਆ ਹੈ ਸੌਂਗ ਦਾ ਨਾਮ ਹੈ ਸ਼ੋਅ ਅਤੇ ਦੇਖਣਾ ਕਰਦੇ ਹਾਂ ਬਾਈ ਦੇ ਪਹਿਲੇ ਵੀ ਸੌਂਗ ਵਧੀਆ ਨੇ ਬਹੁਤ ਵਧੀਆ ਲਿਰਿਕਸ ਸੀ ਆਓ ਇਸ ਸੌਂਗ ਨੂੰ ਦੇਖਿਆ ਕਰ ਸ਼ੋਅ ਪਿੰਡ ਲੱਗੂ ਪਹਿਲਾ ਮੇਰਾ ਸ਼ੋ ਬਾਈ ਨੇ ਗੱਲ ਫਿਰ ਗੱਲ ਉੱਥੇ ਇੱਕ ਚੀਜ਼ ਕਰ ਦਿੱਤੀ ਕਿ ਬਾਈ ਕਹਿੰਦਾ ਕਿ ਜਿਹੜੀਆਂ ਚੀਜ਼ਾਂ ਇੱਕ ਸੁਪਨੇ ਲਏ ਸੀ ਜਿਹੜੀਆਂ ਅਸੀਂ ਫੋਨਾਂ ਦੇ ਵਿੱਚ ਜਾਂ ਟੀਵੀਆਂ ਦੇ ਵਿੱਚ ਗੱਡੀਆਂ ਦੇਖੀਆਂ ਸੀ ਅੱਜ ਮੈਂ ਉਹ ਖਰੀਦ ਸਕਦਾ। ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਹੁੰਦਾ ਹਾਂ ਕਿ ਬਾਈ ਇਸ ਚੀਜ਼ ਨੂੰ ਹੰਕਾਰ ਨਾ ਕਿਹੋ, ਇਸ ਚੀਜ਼ ਨੂੰ ਕੋਨਫੀਡੈਂਸ, ਸੈਲਫ ਕੋਨਫੀਡੈਂਸ ਕਿਹੋ, ਕਿਉਂਕਿ ਹੰਕਾਰ ਉਹ ਹੁੰਦਾ ਹੈ ਜਿਹੜਾ ਬਾਈ ਕਹਿੰਦਾ ਕਿ ਮੈਂ ਕਰ ਸਕਦਾ, ਹੋਰ ਕੋਈ ਕਰ ਹੀ ਨਹੀਂ ਸਕਦਾ, ਹੋਰ ਕੋਈ ਲਿਆ ਹੀ ਨਹੀਂ ਸਕਦਾ। ਇਹਦੇ ਵਿੱਚ ਇਹ ਨਹੀਂ ਹੈ, ਇਹਦੇ ਵਿੱਚ ਇਹ ਹੈ ਕਿ ਬਾਈ ਕਿੱਥੋਂ ਬਾਈ ਨੇ ਆਪਣੇ ਛੋਟੇ ਰੁਤਬੇ ਦੇ, ਬਾਈ ਨੇ ਆਪਣੇ ਪਹਿਲਾਂ ਕਿਹਾ ਸੀ ਮੇਰਾ ਸੁਪਨਾ ਸੀ, ਅੱਜ ਮੈਂ ਉਹ ਸੁਪਨੇ ਨੂੰ ਸਵੀਕਾਰ ਕਰ ਸਕਦਾ। ਇੱਕ ਪ੍ਰਾਊਡ ਫੀਲ ਹੁੰਦਾ ਹੈ ਬਾਈ ਕਿ ਜੇ ਉੱਚਾ ਉੱਠਦਾ ਹੈ ਨਾ ਤਾਂ ਸਾਡਾ ਸਾਥ ਦੇਣ ਦਾ ਉਸ ਚੀਜ਼ ਦਾ ਫਰਜ਼ ਬਣਦਾ ਹੈ। ਤਾਂ ਬਾਈ ਨੇ ਕਿਹਾ ਅੱਜ ਪਿੰਡ ਲੱਗੂ ਪਹਿਲਾ ਮੇਰਾ ਸ਼ੋ, ਪਹਿਲਾ ਸ਼ੋ ਬਾਈ ਦਾ ਲੱਗੇਗਾ ਜਦੋਂ ਉਹਦੇ ਇੱਕ ਪਿੰਡ ਵਾਲਿਆਂ ਨੂੰ ਵੀ ਮਾਣ ਮਹਿਸੂਸ ਹੋਊਗਾ। ਮੈਂ ਸਾਰਿਆਂ ਨੂੰ ਇਹੀ ਕਹਿੰਦਾ ਹੁੰਦਾ ਕਿ ਬਾਈ ਹੇਟ ਕਰਨ ਦੀ ਬਜਾਏ ਨਾ ਆਪਾਂ ਜੇ ਆਪਾਂ ਉਸ ਚੀਜ਼ ਨੂੰ ਉਹਦੇ ਕੋਲ ਕੁਝ ਸਿੱਖ ਲੈ ਲਿਆ ਕਰੀਏ ਕਿ ਬਾਈ ਜੇ ਅਗਲਾ ਆਪਣੇ ਪਿੰਡ ਦਾ, ਆਪਣੇ ਉੱਥੇ ਖਿੱਤੇ ਦਾ, ਆਪਣਾ ਕਹਿ ਲਈਏ ਕਮਿਊਨਿਟੀ ਦਾ ਇੱਕ ਨਾਮ ਰੋਸ਼ਨ ਕਰ ਰਿਹਾ ਹੈ ਨਾ, ਅਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਕੁਝ ਕਰਕੇ ਐਸਾ ਦਿਖਾਈਏ ਕਿ ਜਿਹੜਾ ਆਪਣੇ ਖਿੱਤੇ ਦਾ, ਆਪਣੇ ਪੇਰੈਂਟਸ ਦਾ, ਆਪਣੇ ਘਰਦਿਆਂ ਦਾ, ਆਪਣੀ ਕਮਿਊਨਿਟੀ ਦਾ, ਆਪਣੇ ਰਹਿਣ ਵਾਲੇ ਮੁਹੱਲੇ ਉਸ ਪਿੰਡ ਦਾ ਨਾਮ ਰੋਸ਼ਨ ਕਰਕੇ ਦਿਖਾਈਏ ਆ। ਇਹ ਚੀਜ਼ਾਂ ਸਿੱਖਿਆ ਕਰੋ ਬਾਈ ਯਾਰ, ਅੱਜ ਪਿੰਡ ਵਾਲਿਆਂ ਨੂੰ ਵੀ ਕਿੱਡਾ ਮਾਣ ਮਹਿਸੂਸ ਹੁੰਦਾ ਹੋਊਗਾ ਕਿ ਸਾਡੇ ਪਿੰਡ 'ਚੋਂ ਜਿਹੜੇ ਲੋਕ ਨੀਵੀਂ ਜਾਤ ਇੱਕ ਛੋਟੀ ਨੀਵੀਂ ਜਾਤ ਇਹ ਚੀਜ਼ਾਂ ਕਹਿੰਦੇ ਹੁੰਦੇ ਹੋਣਗੇ, ਪਰ ਅੱਜ ਕਹਿ ਲਈਏ ਕਿ ਯਾਦ ਰੱਖਿਓ ਉੱਚੀ ਨੀਵੀਂ ਕੋਈ ਯਾਤ ਨਹੀਂ ਹੁੰਦੀ, ਇਹ ਸਿਰਫ ਬੰਦੇ ਦੀਆਂ ਬਣਾਈਆਂ ਜਾਤਾਂ ਪਾਤਾਂ ਨੇ। ਪਰ ਬਾਈ ਨੇ ਉਸ ਚੀਜ਼ ਦੇ ਵਿੱਚੋਂ ਉੱਠ ਕੇ ਕੁਝ ਚੰਗਾ ਕਰਕੇ ਦਿਖਾਇਆ। ਇਸ ਕਰਕੇ ਬੰਦੇ ਕਰਮ ਜਿਹੜੇ ਨੇ ਉਹ ਤੁਹਾਨੂੰ ਉੱਚਾ ਬਣਾਉਂਦੇ ਨੇ, ਨਾ ਕਿ ਤੁਹਾਡੀ ਯਾਦ ਤੁਹਾਨੂੰ ਉੱਚਾ ਬਣਾਉਂਦੀ ਹੈ। ਇਹ ਗੱਲ ਯਾਦ ਰੱਖਿਓ। ਬਾਈ ਨੇ ਫਿਰ ਹੱਥ ਕਰਾਤੀ ਯਾਰ। ਪਿੰਡ ਲੱਗੂ ਪਹਿਲਾ ਮੇਰਾ ਸ਼ੋ ਯਾਰ, ਸੱਚੀ ਬਾਈ ਨੇ ਫਿਰ ਐਂਡ ਕਰਵਾਤੀ ਯਾਰ। ਕਿ ਬਾਈ ਨੇ ਗੱਲ ਕੀਤੀ ਹੈ ਕਿ ਕਈਆਂ ਨੇ ਲੱਤਾਂ ਖਿੱਚੀਆਂ, ਕਈਆਂ ਨੇ ਹਜੇ ਵੀ ਕਈ ਖਿੱਚਦੇ ਨੇ, ਹੇਟ ਕਰਨ ਵਾਲੇ ਕਰੀ ਜਾਂਦੇ ਨੇ, ਪਰ ਮੈਂ ਇਹੀ ਕਹਿੰਦਾ ਹੁੰਦਾ ਕਿ ਬਾਈ ਨੇ ਜਿਹੜੀ ਗਾਣੇ ਦੇ ਵਿੱਚ ਗੱਲ ਕੀਤੀ ਹੈ ਕਿ ਅਸੀਂ ਕਿਸੇ ਨੂੰ ਮਾੜਾ ਕਹਿਣ 'ਤੇ ਤੋਂ ਚੰਗਾ ਆਪਣੇ ਵਾਲਾ ਦੇਖੀਏ ਕਿ ਅਸੀਂ ਕਿਹੜੇ ਦੀਵੇ ਜਗਾ ਦਿੱਤੇ ਹੋਏ ਨੇ। ਕਿਉਂਕਿ ਮੈਂ ਇਹੀ ਗੱਲ ਕਹਿੰਦਾ ਹੁੰਦਾ ਕਿ ਜੇ ਕੋਈ ਬਾਈ ਚੰਗਾ ਕਰਨ ਲੱਗਦਾ ਨਾ ਤਾਂ ਆਪਣੇ ਵੱਲ ਧਿਆਨ ਮਾਰ ਕੇ ਵੇਖਿਆ ਕਰੋ ਕਿ ਅਸੀਂ ਕੁਝ ਚੰਗਾ ਕੀਤਾ ਹੈ, ਕਿਉਂਕਿ ਹੱਕ ਵੀ ਉਸ ਨੂੰ ਕਹਿਣ ਦਾ ਜਿਹੜਾ ਕੁਝ ਚੰਗਾ ਕਰ ਰਿਹਾ ਹੈ।
ਜਿਹੜਾ ਚੰਗਾ ਕੁਝ ਕਰ ਨਹੀਂ ਰਿਹਾ ਤੇ ਉਹ ਵੀ ਭੰਡਣਾ ਆ ਜਾਂਦਾ ਹੁੰਦਾ। ਜਿਵੇਂ ਕਹਿ ਲਈਏ ਕਿ ਆਮ ਕਰਕੇ ਇੱਕ ਸਾਡੇ ਗੱਲ ਹੈ ਨਾ ਕਿ ਜਿਹਦੀ ਘਰ ਨਹੀਂ ਚੱਲਦੀ ਹੁੰਦੀ ਨਾ ਉਹ ਗੁਰਦੁਆਰੇ ਦੇ ਗ੍ਰੰਥੀ ਤੇ ਜਾ ਕੇ ਰੋਹ ਮਾਰਦਾ ਹੁੰਦਾ। ਸੋ ਉਹੀ ਗੱਲ ਹੈ ਕਿ ਜਿਹੜੀ ਕਹਿ ਲਈਏ ਕਿ ਜਿਨ੍ਹਾਂ ਦੇ ਆਪਣੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਲੱਭਦੀਆਂ ਹੁੰਦੀਆਂ ਉਹ ਦੂਜਿਆਂ ਦੇ ਵਿੱਚ ਗਲਤੀਆਂ ਲੱਗਣ ਲੱਗ ਪੈਂਦੇ ਨੇ। ਇਸ ਕਰਕੇ ਮੈਂ ਇਹੀ ਕਹਾਂਗਾ ਬਾਈ, ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਵੱਲ ਵੀ ਝਾਤ ਮਾਰਿਆ ਕਰੋ ਕਿ ਅਸੀਂ ਕਿਹੜੀ ਜਗ੍ਹਾ 'ਤੇ। ਇਹਨੇ ਗੱਲ ਕੀਤੀ ਕਿ ਜੋ ਵੀ ਉਹਦੀ ਰਜ਼ਾ ਵਿੱਚ ਹੋ ਗਿਆ ਨਾ ਤੇ ਉਹ ਸਭ ਮਨਜ਼ੂਰ ਹੈ ਯਾਰ। ਬਾਕੀ ਇਹ ਚੀਜ਼ ਸਾਨੂੰ ਮੰਨਣੀ ਚਾਹੀਦੀ ਹੈ ਕਿ ਕੋਈ ਗੱਲ ਨਹੀਂ, ਜੇ ਅੱਜ ਮੇਰੀ ਹੇਟ ਹੋ ਰਹੀ ਹੈ ਕੋਈ ਹੋ ਸਕਦਾ ਕਿ ਹੇਟ ਪਿੱਛੇ ਮੇਰੀ ਤਰੱਕੀ ਹੋਵੇ। ਸੋ ਦੂਜੀ ਗੱਲ ਇਹ ਹੈ ਕਿ ਬਾਈ ਨੇ ਗੱਲ ਕੀਤੀ ਕਿ ਬਦਲ ਕੇ ਜਾਤਾਂ, ਕਈ ਨਾ ਜਾਤਾਂ ਬਦਲ ਕੇ ਆਪਣੇ ਗਾਣਿਆਂ ਦੇ ਵਿੱਚ ਆਪਣੇ ਬੁਲਾਏ ਜਾਂਦੇ ਨੇ। ਬੜੇ ਮੈਂ ਇਹੋ ਜਿਹੇ ਸਿੰਗਰ ਮੈਂ ਦੱਸਣਾ ਨਹੀਂ ਚਾਹੁੰਦਾ, ਕਈ ਇਹੋ ਜਿਹੇ ਸਿੰਗਰਸ ਹੈ ਵੀ ਨੇ ਜਿਨ੍ਹਾਂ ਦੀ ਕਾਸਟ ਕੁਝ, ਕਿਉਂਕਿ ਜਾਤ ਪਾਤ ਪਹਿਲੀ ਗੱਲ ਤਾਂ ਇਹ ਚੀਜ਼ਾਂ ਸਾਡੇ ਇਨਸਾਨੀਅਤ ਜਾਤ ਹੋਵੇ ਕਿ ਅਸੀਂ ਇਨਸਾਨੀਅਤ ਇੱਕ ਚੀਜ਼ ਰੱਖੀਏ। ਦੂਜੀ ਗੱਲ ਮੈਂ ਇਹ ਤਾਂ ਕਹਿਣਾ ਚਾਹ ਰਿਹਾ ਕਿ ਉਹਨਾਂ ਦੀ ਕਾਸਟ ਵਗੈਰਾ ਕੁਝ ਕੁਝ ਹੋਰ ਹੈ, ਪਰ ਸੌਂਗਸ ਦੇ ਵਿੱਚ ਉਹ ਆਪਣੀ ਕਾਸਟ ਕੁਝ ਹੋਰ ਦੱਸਦੇ ਨੇ। ਇਸ ਕਰਕੇ ਬਾਈ ਨੇ ਇਹ ਵੀ ਗੱਲ ਕਲੀਅਰ ਕਰ ਦਿੱਤੀ ਕਿ ਜੇ ਬਾਈ ਨੇ ਖੁੱਲ੍ਹ ਕੇ ਆ ਪਿਛਲੇ ਗਾਣੇ ਦੇ ਵਿੱਚ ਹਕਾਇਤ ਦੇ ਵਿੱਚ ਦੱਸ ਦਿੱਤਾ ਕਿ ਚਮਾਰ ਜਾਤ ਦੇ ਨਾਲ ਮੈਂ ਸੰਬੰਧ ਰੱਖਦਾ, ਪਰ ਯਾਦ ਰੱਖਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਸ ਭਗਤ ਰਵਿਦਾਸ, ਗੁਰੂ ਰਵਿਦਾਸ ਜੀ ਵੀ ਕਹਿੰਦੇ ਨੇ ਕਈ, ਅਤੇ ਉਹਨਾਂ ਦੀ ਬਾਣੀ ਦਰਜ ਹੈ, ਜੁੱਤੀਆਂ ਗੰਢਣ ਦਾ ਕੰਮ ਕਰਦੇ ਸੀ। ਯਾਦ ਰੱਖਿਓ ਕੰਮ ਕੋਈ ਛੋਟਾ ਮੋਟਾ ਨਹੀਂ ਹੁੰਦਾ, ਪਰ ਉਹਨਾਂ ਦਾ IQ ਲੈਵਲ ਦਾ ਪੱਧਰ, ਉਹਨਾਂ ਦੀ ਸੋਚ, ਉਹਨਾਂ ਦਾ ਦਰਜਾ ਜਿਹੜਾ ਸੀ ਉਹ ਬਹੁਤ ਉੱਚਾ ਸੀ ਯਾਰ। ਇਸ ਕਰਕੇ ਜਾਤਾਂ ਨਹੀਂ ਮਾਇਨੇ ਰੱਖਦੀਆਂ ਹੁੰਦੀਆਂ, ਇਹ ਨਹੀਂ ਮਾਇਨੇ ਰੱਖਦੇ ਹੁੰਦਾ, ਕਿਉਂਕਿ ਜਾਤਾਂ ਵਾਲਾ ਠੱਪਾ ਜਿਹੜਾ ਹੈ ਨਾ ਇਹ ਸਾਨੂੰ ਸਮਾਜ ਨੇ ਹੀ, ਸਾਡੇ ਬੰਦਿਆਂ ਨੇ ਦਿੱਤਾ ਹੋਇਆ। ਪਰ ਉਹ ਭਗਤ ਰਵਿਦਾਸ ਜੀ, ਗੁਰੂ ਰਵਿਦਾਸ ਜੀ ਚਾਹੇ ਕਹਿ ਲਓ ਕਿ ਉਸ ਕਹਿ ਲਈਏ ਕਿ ਸਾਨੂੰ ਇਹ ਚੀਜ਼ ਦੇ ਨਾਲ ਜੋੜਦੇ ਕਿ ਇਨਸਾਨੀਅਤ ਦੇ ਨਾਲ ਜੋੜੋ, ਕੰਮ ਕਰਕੇ ਦਿਖਾਓ। ਗੱਲ ਕੀਤੀ ਨਾ ਗੁਰਬਾਣੀ ਦੇ ਵਿੱਚ ਕਿ ਨਾਮ ਦੇਵ ਕਬੀਰ ਤੁਲ ਲੋਚਨ ਸਦਨਾ ਸਹਿਮ ਤਰੇ, ਕਹਿ ਰਵਿਦਾਸ ਸੁਨੂਰੇ ਸੰਤੋ ਹਰ ਜੀਓ ਤੇ ਸਭੈ ਸਰੈ। ਭਗਤ ਰਵਿਦਾਸ ਜੀ ਦੇ ਉਹ ਬੋਲਾਂ ਨੂੰ ਪੜ੍ਹ ਕੇ ਰੱਖਿਓ, ਗਰੀਬ ਨਿਵਾਜ ਗੁਸਾਈਆਂ ਮੇਰਾ ਮਾਥੈ ਛਤਰ ਤਰੈ। ਇਹ ਸ਼ਬਦ ਨੂੰ ਪੜ੍ਹ ਕੇ ਦੇਖਿਓ ਕਿਤੇ ਯਾਰ, ਕਿ ਉਹ ਕਹਿੰਦੇ ਨੇ ਕਿ ਮੇਰੇ 'ਤੇ ਜਿਹੜਾ ਛਤਰ ਧਰਿਆ ਹੈ ਨਾ, ਮੇਰੇ ਸਿਰ 'ਤੇ ਜਿਹੜੀ ਸੋਚ, ਮੈਨੂੰ ਜਿਸ ਸੋਚ ਦਾ ਮਾਲਕ ਬਣਾਇਆ ਉਹ ਮੇਰੀ ਸੋਚ ਮੈਨੂੰ ਵੱਡਾ ਕਰਦੀ ਹੈ, ਨਾ ਕਿ ਮੇਰੀ ਜਾਤ। ਤੁਸੀਂ ਤੁਹਾਡੇ ਪੱਖ ਤੋਂ ਮੈਨੂੰ ਤੁਸੀਂ ਨੀਵਾਂ ਸਮਝਦੇ ਹੋਵੋਗੇ ਜਾਂ ਕੋਈ ਨੀਵੀਂ ਜਾਤ ਨੂੰ ਨੀਵਾਂ ਕਹਿੰਦਾ ਹੋਵੇਗਾ, ਪਰ ਯਾਦ ਰੱਖਿਓ ਉਹਦਾ ਕੰਮ ਦੇਖਿਆ ਕਰੋ। ਅਤੇ ਅੱਜ ਇਸ ਕਰਕੇ ਮੈਂ ਸਾਰਿਆਂ ਨੂੰ ਕਹਿੰਦਾ ਕਿ ਬਾਈ ਨੇ ਜੇ ਇਹ ਖੁੱਲ੍ਹ ਕੇ ਇਹ ਗੱਲ ਕੀਤੀ ਹੈ ਨਾ, ਤਾਂ ਯਾਦ ਰੱਖਿਓ ਇਹ ਨਾ ਕਹੋ ਕਿ ਮੈਂ ਇਸ ਜਾਤ ਦਾ ਮੈਂ ਉਹ ਜਾਤ ਦਾ, ਇਹ ਦੇਖਿਓ ਕਿ ਤੁਸੀਂ ਕੰਮ ਕੀ ਉਹਦੇ ਵਿੱਚ ਰਹਿ ਕੇ ਕਰ ਰਹੇ ਹੋ। ਭਾਵੇਂ ਜੇ ਕੋਈ ਉੱਚੀ ਜਾਤ ਦੇ ਵਿੱਚ ਰਹਿ ਕੇ ਕੰਮ ਮਾੜੇ ਕਰ ਰਿਹਾ ਨਾ, ਤਾਂ ਫਿਰ ਉੱਚੀ ਜਾਤ ਵੀ ਕਾਹਦੇ ਕੰਮ, ਕਿਸ ਕੰਮ ਦੀ ਹੋਈ। ਜੇ ਕੋਈ ਨੀਵੀਂ ਦੇ ਵਿੱਚ ਕੋਈ ਮਨ, ਕਿਉਂਕਿ ਉੱਚੀ ਨੀਵੀਂ ਕੁਝ ਹੁੰਦਾ ਨਹੀਂ, ਪਰ ਸਾਡੇ ਸਮਾਜ ਦੀ ਮੈਂਟੈਲਿਟੀ ਇਹ ਉਹ ਹੈ, ਇਹ ਸਾਡੇ ਸਮਾਜ ਦੇ ਵਿੱਚ ਊਚ ਨੀਚ ਮੰਨੀ ਜਾਂਦੀ ਹੈ। ਪਰ ਜੇ ਤੁਸੀਂ ਮੰਨ ਕੇ ਇਹ ਚੀਜ਼ ਨੂੰ ਚੱਲਦੇ ਹੋ ਕਿ ਆਹ ਨੀਵੇਂ ਬੰਦੇ ਦਾ ਆਹ ਕੰਮ, ਪਰ ਉਹਦੇ ਜੇ ਕੰਮ ਵੱਡਾ ਕਰਦਾ ਹੈ ਨਾ, ਤਾਂ ਸੱਚ ਜਾਣਿਓ ਉਹਦੇ ਵਰਗਾ ਕੋਈ ਬੰਦਾ ਨਹੀਂ। ਸੋ ਬਹੁਤ ਪਿਆਰਾ ਬਾਈ ਦਾ ਸੌਂਗ, ਅਤੇ ਸੱਚੀ ਸ਼ੋਅ ਲੱਗੇਗਾ ਅਤੇ ਇਕੱਠ ਵੀ ਹੋਏਗਾ, ਅਤੇ ਬਾਈ ਦੇ ਸੱਚੀ ਲਿਰਿਕਸ ਦੇ ਵਿੱਚ ਦਮ ਹੈ। ਜੇ 3 ਲੱਖ ਬੰਦਾ ਬਾਈ ਨੇ ਕਿਹਾ ਕਿ ਮੈਨੂੰ ਫੋਲੋ ਕਰਦਾ, ਤਾਂ ਦਿਲੋਂ ਕਰਦਾ ਹੈ ਫੋਲੋ, ਅਤੇ ਦਿਲੋਂ ਉਹ ਰਿਸਪੈਕਟ ਕਰੀਏ, ਦਿਲੋਂ ਹਰ ਚੀਜ਼ ਦੀ ਫੋਲੋ ਕਰੀਏ, ਅਤੇ ਕੁਝ ਸਿੱਖਿਆ ਕਰੀਏ ਯਾਰ। ਮੈਂ ਇਹੀ ਕਹਿੰਦਾ ਕਿ ਆਪਣੇ ਆਪ ਨੂੰ ਅੱਗੇ ਵਧਾਓ, ਤਰੱਕੀਆਂ ਕਰੋ, ਆਪਣੇ ਮਾਂ ਪਿਓ ਦਾ, ਆਪਣੇ ਖਿੱਤੇ ਦਾ, ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ, ਇਸ ਪੰਜਾਬ ਦਾ ਨਾਮ ਰੋਸ਼ਨ ਕਰੋ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲ ਜਾਓ, ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ।